ਸੱਚ ਜੇ ਆਪਾਂ ਗੱਲ ਕਰੀਏ ਫੰਡਸ ਦੀ ਤਾਂ ਮੋਸਟਲੀ ਇਦਾਂ ਦੇ ਬੱਚੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਬਾਹਰ ਜਾਣਾ ਚਾਹੁੰਦੇ ਆਂ ਅਸੀਂ ਪਰ ਸਾਡੇ ਕੋਲੇ ਇੰਨੇ ਫੰਡਸ ਨਹੀਂ ਹੈਗੇ ਤਾਂ ਇੱਕ ਵਾਰੀ ਮਿਨੀਮਮ ਕਿੰਨੇ ਕੁ ਫੰਡ ਜਿਹੜੇ ਰਿਕੁਆਇਰਡ ਹੁੰਦੇ ਨੇ ਉਹ ਜ਼ਰੂਰ ਦੱਸਿਓ ਦੇਖੋ ਸਰ ਜਿਹੜਾ ਬੱਚਾ ਪਲੱਸ 2 ਪਾਸ ਆਊਟ ਹੈ ਉਹਨੂੰ ਘੱਟੋ-ਘੱਟ 18 ਤੋਂ 22 ਲੱਖ ਰੁਪਏ ਫੰਡ ਚਾਹੀਦੇ ਗ੍ਰੈਜੂਏਸ਼ਨ ਕਰਨ ਵਾਸਤੇ ਹੁਣ ਇਹ ਫੰਡਸ ਜਿਹੜੇ ਇਨ ਦੀ ਸ਼ੇਪ ਆਫ ਅਗਰ ਮੰਨ ਲਓ ਬੱਚੇ ਕੋਲ ਫੰਡਸ ਨਹੀਂ ਹੈ ਉਹ ਐਜੂਕੇਸ਼ਨ ਲੋਨ ਵੀ ਲੈ ਸਕਦਾ ਐਜੂਕੇਸ਼ਨ ਲੋਨ ਆਸਟ੍ਰੇਲੀਆ ਵਿੱਚ ਜਿਹੜਾ ਬੱਚਾ ਮੈਰਿਡ ਏ ਫੰਡਸ ਕੌਣ-ਕੌਣ ਦਿਖਾ ਸਕਦਾ ਹੈ ਏ ਫੰਡਸ ਬੱਚੇ ਦੇ ਪੇਰੈਂਟਸ ਅਗਰ ਬੱਚਾ ਸਿੰਗਲ ਅਪਲਾਈ ਕਰ ਰਿਹਾ ਹੈ ਬੱਚੇ ਦੇ ਗ੍ਰੈਂਡ ਪੇਰੈਂਟਸ ਨਾਨਾ ਨਾਨੀ ਅੰਕਲ ਆਂਟ ਆਸਟ੍ਰੇਲੀਆ ਸਿਰਫ ਦੋ ਚੀਜ਼ਾਂ ਉੱਤੇ ਫਸੇਗਾ ਪਲੱਸ ਪਹਿਲਾ ਤੁਹਾਡੀ ਐਂਟਰੀ ਰਿਕੁਆਇਰਮੈਂਟ ਮੀਟ ਨਹੀਂ ਕਰ ਤੁਸੀ ਤੁਹਾਡੇ ਪੜਾਈ ਵਿੱਚ ਗੈਪ ਹੈ ਤੁਹਾਡੇ ਕੋਲ ਪ੍ਰੂਫ ਨਹੀਂ ਹੈ ਤਾਂ ਤੁਸੀਂ ਫਸ ਜੰਨੇ ਹੋ ਦੂਸਰਾ ਤੁਹਾਡੇ ਕੋਲ ਸੱਜੇ ਆਪਾਂ ਗੱਲ ਕਰੀਏ ਫੰਡਸ ਦੀ ਤਾਂ ਮੋਸਟਲੀ ਇਦਾਂ ਦੇ ਬੱਚੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਬਾਹਰ ਜਾਣਾ ਚਾਹੁੰਦੇ ਆਂ ਅਸੀਂ ਪਰ ਸਾਡੇ ਕੋਲੇ ਇੰਨੇ ਫੰਡਸ ਨਹੀਂ ਹੈਗੇ ਤਾਂ ਇੱਕ ਵਾਰੀ ਮਿਨੀਮਮ ਕਿੰਨੇ ਕੁ ਫੰਡ ਜਿਹੜੇ ਰਿਕੁਆਇਰਡ ਹੁੰਦੇ ਨੇ ਉਹ ਜ਼ਰੂਰ ਦੱਸਿਓ ਦੇਖੋ ਸਰ ਜਿਹੜਾ ਬੱਚਾ ਪਲੱਸ 2 ਪਾਸ ਆਊਟ ਹੈ ਉਹਨੂੰ ਘੱਟੋ-ਘੱਟ 18 ਤੋਂ 22 ਲੱਖ ਰੁਪਏ ਫੰਡ ਚਾਹੀਦੇ ਗ੍ਰੈਜੂਏਸ਼ਨ ਕਰਨ ਵਾਸਤੇ ਹੁਣ ਇਹ ਫੰਡਸ ਜਿਹੜੇ ਇਨ ਦੀ ਸ਼ੇਪ ਆਫ ਸੇਵਿੰਗ ਕਾਉਂਟ ਵੀ ਚੱਲ ਜਾਏਗਾ ਇਨ ਦੀ ਸ਼ੇਪ ਆਫ ਫਿਕਸਡ ਡਿਪੋਜ਼ਿਟ ਵੀ ਚੱਲ ਜਾਣਗੇ ਇਨ ਦੀ ਸ਼ੇਪ ਆਫ LIC ਸਿਲੰਡਰ ਵੀ ਜਿਹੜੇ ਫੰਡਸ ਐ ਉਹ ਘੱਟੋ ਘੱਟ 3 ਤੋਂ 6 ਮਹੀਨੇ ਪੁਰਾਣੇ ਹੋਣੇ ਚਾਹੀਦੇ। ਅਗਰ ਮੰਨ ਲਓ ਬੱਚੇ ਕੋਲ ਫੰਡਸ ਨਹੀਂ ਐ ਉਹ ਐਜੂਕੇਸ਼ਨ ਲੋਨ ਵੀ ਲੈ ਸਕਦਾ। ਐਜੂਕੇਸ਼ਨ ਲੋਨ ਆਸਟ੍ਰੇਲੀਆ ਵਿੱਚ ਜਿਹੜਾ ਐ ਉਹ ਇੱਕ ਦਿਨ ਦੀ ਵੀ ਇੱਕ ਦਿਨ ਪੁਰਾਣਾ ਵੀ ਸੈਪਟਿਕ ਲੋਨ ਤਾਂ ਬੱਚਾ ਆਪਰੇਟਰਾਂ ਤੋਂ ਬਾਅਦ ਹੀ ਲੈਂਦਾ ਐ। ਤਾਂ ਐਜੂਕੇਸ਼ਨ ਲੋਨ ਹੀ ਚੱਲਦਾ ਬਟ ਜਿਹੜੇ ਫੰਡਸ ਸੇਵਿੰਗ ਐਫ ਡੀ ਦੀ ਸ਼ੇਪ ਵਿੱਚ ਆਉ ਘੱਟੋ ਘੱਟ 3 ਤੋਂ 6 ਮਹੀਨੇ ਪੁਰਾਣੇ ਹੋਣੇ ਚਾਹੀਦੇ। ਜਿਹੜਾ ਬੱਚਾ ਗ੍ਰੈਜੂਏਟ ਐ ਉਹਦੀ ਰਿਕੁਆਇਰਮੈਂਟ 22 ਤੋਂ 25 ਲੱਖ ਰੁਪਏ ਦੀ ਫੰਡ ਐ। ਅਗੇਨ 3 ਮਹੀਨ ਤੋਂ 6 ਮਹੀਨੇ ਪ 28 ਲੱਖ ਤੋਂ ਲੈ ਕੇ 34 ਲੱਖ ਕਰਕੇ ਯਾਨੀ 28 ਲੱਖ ਰੁਪਈਆ 34 ਲੱਖ ਰੁਪਈਆ ਹੋਣਾ ਚਾਹੀਦਾ ਇਹ ਫੰਡਸ ਕੌਣ ਕੌਣ ਦਿਖਾ ਸਕਦਾ ਹੈ ਇਹ ਫੰਡਸ ਬੱਚੇ ਦੇ ਪੇਰੈਂਟਸ ਅਗਰ ਬੱਚਾ ਸਿੰਗਲ ਅਪਲਾਈ ਕਰ ਰਿਹਾ ਹੈ ਬੱਚੇ ਦੇ ਗ੍ਰੈਂਡ ਪੇਰੈਂਟਸ ਨਾਨਾ ਨਾਨੀ ਅੰਕਲ ਆਂਟ ਵੀ ਦਿਖਾ ਸਕਦੇ ਜਿਹੜੇ ਬੱਚੇ ਦੇ ਜਿਹੜਾ ਵੀ ਸਪான்ਸਰ ਬੱਚੇ ਨੂੰ ਕਰ ਰਿਹਾ ਜਿੰਦੇ ਫੰਡਸ ਹੈ ਉਹਦਾ ਇਨਕਮ ਸੋਰਸ ਨਾਲ ਰਿਕੁਆਇਰਡ ਹੈ ਫਾਰ ਐਗਜ਼ਾਮਪਲ ਕਿਸੇ ਦੇ ਗ੍ਰੈਂਡ ਪੇਰੈਂਟਸ ਕੋਲ ਫੰਡਸ ਹੈ ਬਟ ਇਨਕਮ ਸੋਰਸ ਯਾਨੀ ਆਈਟੀਆਰ ਨਹੀਂ ਪਰਦਾ ਉਹ ਫੰਡ ਅਸੈਪਟੇਬਲ ਨਹੀਂ ਹੈ ਜਿੰਦੇ ਫੰਡਸ ਹੈ ਉਹਦਾ ਇਨਕਮ ਸੋਰ ਇਹ ਇਕੋਸਟਰੀ ਦਾ ਜੀਟੀ ਦਾ ਪ੍ਰੋਸੈਸ ਹੈ ਜਿੰਦੇ ਵੀ ਬੱਚੇ ਫਰਸਤੇ ਸੇਮ ਅਗਰ ਬੱਚਾ ਮੈਰਿਡ ਹੈ ਸਪਾਊਸ ਦੇ ਨਾਲ ਅਪਲਾਈ ਕਰ ਰਿਹਾ ਹੈ ਜਾਂ ਸਿੰਗਲ ਅਪਲਾਈ ਕਰ ਰਿਹਾ ਉਹਦੇ ਵਿੱਚ ਵੀ ਪੇਰੈਂਟਸ ਗ੍ਰੈਂਡਪੇਰੈਂਟਸ ਅੰਕਲ ਆਂਟ ਈਵਨ ਕਿ ਇਨ ਲਾਜ਼ ਦੀ ਸਾਰੀ ਫੈਮਲੀ ਐਸੈਪਟੇਬਲ ਹੈ ਬ੍ਰਦਰ ਰੀਅਲ ਬ੍ਰਦਰ ਸਿਸਟਰ ਦੇ ਫੰਡ ਵੀ ਐਸੈਪਟੇਬਲ ਹੈ ਬਟ ਅਗੇਨ ਇਨਕਮ ਸੋਰਸ ਦੇ ਨਾਲ ਔਰ ਇਹ ਜਿਹੜੀ ਬੇਸਿਕਲੀ ਫੰਡ ਔਰ ਇਨਕਮ ਸੋਰਸ ਹੀ ਰਿਕੁਆਇਰਮੈਂਟ ਹੈ ਆਸਟ੍ਰੇਲੀਆ ਸਿਰਫ ਦੋ ਚੀਜ਼ਾਂ ਉੱਤੇ ਫਸੇਗਾ ਪਲੱਸ ਪਹਿਲਾ ਤੁਹਾਡੀ ਐਂਟਰੀ ਰਿਕੁਆਇਰਮੈਂਟ ਮੀਟ ਨਹੀਂ ਕਰ ਤੁਸੀਂ ਤੁਹਾਡਾ ਪੜਾਈ ਵਿੱਚ ਗੈਪ ਹੈ ਤੁਹਾਡੇ ਕੋਲ ਪ੍ਰੂਫ ਨਹੀਂ ਹੈ ਤਾਂ ਤੁਸੀਂ ਫਸ ਜੰਨੇ ਹੋ ਦੂਸਰਾ ਤੁਹਾਡੇ ਕੋਲ ਇਨਕਮ ਸੋਰਸ ਜਾਂ ਫਿਰ ਤੁਹਾਡੇ ਕੋਲ ਫੰਡਸ ਨਹੀਂ ਇਹ ਦੋ ਚੀਜ਼ਾਂ ਵੀ ਆਸਟ੍ਰੇਲੀਆ ਪਸੰਦ ਆ ਅਦਰਵਾਈਜ਼ ਆਸਟ੍ਰੇਲੀਆ ਵੀਜ਼ਾ ਇਸ ਸਮੇਂ ਦੇ ਰਿਹਾ ਬੱਚੇ